ਆਜ਼ਾਦ ਸੇਵਾ ਸੁਸਾਇਟੀ ਮਲੋਟ ਵੱਲੋਂ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਮਲੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਸਕੂਲ ਦੀਆਂ ਲੜਕੀਆਂ ਦੁਆਰਾ ਹੱਥਾਂ ਵਿੱਚ ਬੈਨਰ ਲੈ ਕੇ ਮਲੋਟ ਦੇ ਪੂਰੇ ਬਾਜ਼ਾਰ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਆਜ਼ਾਦ ਸੇਵਾ ਸੁਸਾਇਟੀ ਵੱਲੋਂ ਅਸੀਂ ਹਰ ਸਾਲ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੇ ਲਈ ਪ੍ਰੇਰਿਤ ਕਰਦੇ ਹਾਂ ਤਾਂ ਕਿ ਪਟਾਕਿਆਂ ਦੇ ਨਾਲ ਅਸੀਂ ਬੇਹਿਸਾਬ ਰੁਪਏ ਖਰਚ ਕੇ ਇੱਕ ਤਰ੍ਹਾਂ ਦੀਆਂ ਬਿਮਾਰੀਆਂ ਹੀ ਮੁੱਲ ਲੈਂਦੇ ਹਾਂ। ਪਟਾਕਿਆਂ ਦੇ ਨਾਲ ਇੰਨਾ ਜ਼ਹਿਰੀਲਾ ਪ੍ਰਦੂਸ਼ਣ ਫੈਲਦਾ ਹੈ ਕਿ ਉਸ ਪ੍ਰਦੂਸ਼ਣ ਦੇ ਨਾਲ, ਜ਼ਹਿਰੀਲੇ ਪ੍ਰਦੂਸ਼ਣ ਦੇ ਨਾਲ ਕੈਂਸਰ ਅਤੇ ਦਮੇ ਵਰਗੇ ਰੋਗ ਹੁੰਦੇ ਆ। ਇਸ ਲਈ ਅੱਜ ਅਸੀਂ ਇਸ ਸੰਬੰਧ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਰੈਲੀ ਕੱਢ ਰਹੇ ਹਾਂ। ਸਕੂਲ ਦੇ ਵਿੱਚ ਜਿਹੜੀ ਹੈਗੀ ਹੈ ਗ੍ਰੀਨ ਦੀਵਾਲੀ ਦੇ ਸੰਬੰਧੀ ਇੱਕ ਰੈਲੀ ਬੱਚਿਆਂ ਨੇ ਨਿਕਾਲੀ, ਉਸ ਤੋਂ ਪਹਿਲੇ ਲੈਕਚਰ ਵਗੈਰਾ ਬੱਚਿਆਂ ਨੂੰ ਦਿੱਤੇ, ਬੱਚਿਆਂ ਨੂੰ ਸਮਝਾਇਆ ਗਿਆ ਕਿ ਇੱਕ ਤਾਂ ਮਿੱਟੀ ਦੇ ਦੀਵੇ ਬਾਲਣੇ ਆ ਜਾਂ ਸਮੋਕਲੈਸ ਕੈਂਡਲਸ ਜਲਾਣੀ ਹੈ, ਜਾਂ ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਵੀ ਲੋਕਾਂ ਵਿੱਚ ਅਵੇਅਰਨੈਸ ਜਗਾਓ, ਮੋਟੀਵੇਟ ਕੀਤਾ ਅਸੀਂ ਬੱਚਿਆਂ ਨੂੰ ਕਿ ਪਟਾਕੇ ਨਹੀਂ ਚਲਾਉਣੇ, ਔਰ ਬੱਚੇ ਕਾਫੀ ਜ਼ਿਆਦਾ ਮੋਟੀਵੇਟ ਹੋਏ ਵੀ ਹੈ ਔਰ ਉਹ ਅੱਗੋਂ ਆਪਣੀ ਫੈਮਿਲੀਜ਼ ਨੂੰ ਵੀ ਮੋਟੀਵੇਟ ਕਰਨਗੇ, ਆਪਣੇ ਆਸ ਪੜੋਸ ਗਲੀ ਮੁਹੱਲੇ ਨੂੰ ਵੀ ਮੋਟੀਵੇਟ ਕਰਨਗੇ। ਉਮੀਦ ਹੈਗੀ ਹੈ ਕਿ ਮੁਕਤਸਰ ਜਿਹੜਾ ਡਿਸਟ੍ਰਿਕਟ ਹੈਗਾ ਬੜਾ ਹਾਈਲੀ ਪੋਲਿਊਟਿਡ ਡਿਸਟ੍ਰਿਕਟ ਹੋ ਚੁੱਕਿਆ ਕਿਉਂਕਿ ਇੱਥੇ ਪਲਾਂਟਸ ਵਗੈਰਾ ਜ਼ਿਆਦਾ ਨਹੀਂ ਹੈਗੇ, ਲੋਕਾਂ ਨੇ ਡੀਫੋਰੈਸਟੇਸ਼ਨ ਜ਼ਿਆਦਾ ਹੋ ਚੁੱਕੀ ਹੈ, ਰੀਫੋਰੈਸਟੇਸ਼ਨ ਹੋਈ ਨਹੀਂ। ਸਾਨੂੰ ਸਕੂਲ ਵਿੱਚ ਸਿੱਖਿਆ ਦਿੱਤੀ ਗਈ ਦੀਵਾਲੀ ਰਹਿਤ ਪ੍ਰਦੂਸ਼ਣ ਅਤੇ ਦੀਵਾਲੀ ਮਨਾਉਣ ਲਈ, ਇਸ ਵਿੱਚ ਸਾਨੂੰ ਦੱਸਿਆ ਗਿਆ ਕਿ ਸਕੂਲ ਪਟਾਕੇ ਚਲਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਜਿਸ ਨਾਲ ਸਾਡੀ ਸਿਹਤ 'ਤੇ ਅਸਰ ਹੁੰਦਾ ਹੈ, ਇਸ ਨਾਲ ਸਾਨੂੰ ਕਈ ਤਰ੍ਹਾਂ ਬਿਮਾਰੀਆਂ ਹੁੰਦੀਆਂ ਜਿਸ ਨਾਲ ਅਸੀਂ ਪ੍ਰਦੂਸ਼ਣ ਦਾ ਦੀਵਾਲੀ ਮਨਾਈਏ ਤਾਂ ਜੋ ਸਾਡੀ ਸਿਹਤ ਨਾਲ ਖਿਲਵਾੜ ਜੋ ਹੋ ਰਿਹਾ ਉਹ ਨਾ ਹੋਵੇ ਅਤੇ ਅਣਹੋਣੀ ਘਟਨਾਵਾਂ ਤੋਂ ਬਚੀ ਜਾ ਸਕੇ। ਫੋਰ ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ ਏਵਨ ਹੈਲਥ ਕੇਅਰ, ਫੋਰ ਬੈਟਰ ਮਿਊਜ਼ਿਕ ਸਬਸਕ੍ਰਾਈਬ ਏਵਨ ਮਿਊਜ਼ਿਕ, ਫੋਰ ਬੈਸਟ ਇਨਫੋਰਮੇਸ਼ਨਲ ਪ੍ਰੋਗਰਾਮਸ ਪਲੀਜ਼ ਸਬਸਕ੍ਰਾਈਬ ਏਵਨ ਪੰਜਾਬੀ ਟੀਵੀ, ਐਂਡ ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼।